ਲਓ ਵੀ ਬਾਬੇ ਉਹ ਖਾਸ ਖਾਸ ਬੀਜ ਦਿੱਤੀ ਗਈ ਆ, ਦੇਖ ਲਓ ਸਿੱਟਾ ਦਿੱਤਾ ਗਿਆ। ਖਸ ਖਸ ਬੀਜ ਦਿੱਤੀ ਗਈ ਆ, ਪੰਜਾਬ ਦੇ ਵਿੱਚ ਭੁੱਕੀ ਬੀਮ ਦੀ ਖੇਤੀ ਹੋਣੀ ਸ਼ੁਰੂ ਹੋ ਗਈ ਹੈ। ਸਾਡੇ ਜਥੇਬੰਦੀਆਂ ਪੂਰੇ ਜਥੇਬੰਦੀ ਪੂਰੀ ਐਂਡ ਐਕਟਿਵਾ ਖੜੀ ਆ ਸਾਰੀ ਜਥੇਬੰਦੀ। ਸਿੰਥੈਟਿਕ ਨਸ਼ੇ ਨੇ ਜਿੱਥੇ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਕੇ ਰੱਖ ਦਿੱਤਾ, ਉੱਥੇ ਸਰਕਾਰਾਂ ਵੀ ਵੱਧ ਰਹੇ ਨਸ਼ੇ ਦਾ ਕੋਈ ਹੱਲ ਨਹੀਂ ਕੱਢ ਸਕੀ ਹੈ। ਜਿਹਦੇ ਚਲਦੇ ਕੁਝ ਸਮੇਂ ਪਹਿਲਾਂ ਰਵਾਇਤੀ ਨਸ਼ੇ ਦੀ ਖੇਤੀ ਦੀ ਮੰਗ ਵੀ ਲਗਾਤਾਰ ਸਾਹਮਣੇ ਆਈ ਸੀ, ਪਰ ਹੁਣ ਜੋ ਅਸੀਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ, ਜਿਸ ਵਿੱਚ ਇੱਕ ਨੌਜਵਾਨ ਦੀ ਜੇਬ ਵਿੱਚ ਕਿਸੇ ਕਿਸਾਨ ਜਥੇਬੰਦੀ ਦਾ ਬਿੱਲਾ ਲੱਗਿਆ ਹੋਇਆ ਤੇ ਨੇੜੇ ਖੜੇ ਲੋਕਾਂ ਦੇ ਹੱਥ ਵਿੱਚ ਕਿਸਾਨ ਜਥੇਬੰਦੀ ਦੇ ਝੰਡੇ ਤੇ ਪੱਗਾਂ ਹਰੀਆਂ ਬੰਨੀਆਂ ਹੋਈਆਂ ਨੇ। ਹੈਰਾਨੀ ਦੀ ਗੱਲ ਹੈ ਕਿ ਲਾਈਵ ਹੋਏ ਇਸ ਵੀਡੀਓ ਵਿੱਚ ਨੌਜਵਾਨ ਵੱਲੋਂ ਖਸਖਸ ਦਾ ਛਿੱਟਾ ਮਾਰਨ ਦਾ ਦਾਅਵਾ ਕੀਤਾ ਜਾ ਰਿਹਾ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲਓ ਵੀ ਬਾਬੇ ਉਹ ਖਾਸ ਖਾਸ ਬੀਜ ਦਿੱਤੀ ਗਈ ਆ, ਦੇਖ ਲਓ ਸਿੱਟਾ ਦਿੱਤਾ ਗਿਆ। ਪੂਰੀ ਵੀਡੀਓ ਆ ਰਹੀ ਆ ਬਹੁਤ ਜਲਦੀ, ਚੇਅਰਮੈਨ ਸਾਹਿਬ ਬਤਾਉਣਗੇ ਕਿੰਨੇ ਦਿਨਾਂ ਤੱਕ ਵੀਡੀਓ ਆ ਰਹੀ ਹੈ ਜੀ। ਬਹੁਤ ਜਲਦੀ ਵੀਡੀਓ ਆ ਰਹੀ ਹੈ, ਸਰਕਾਰ ਦਾ ਕੋਈ ਬੈਨ ਬੂਨ ਲੱਗ ਸਕਦਾ ਸੀ, ਪਰ ਡਰਾਂਗੇ ਨੀ। ਖਸ ਖਸ ਬੀਜ ਦਿੱਤੀ ਗਈ ਆ ਬਾਬੇ, ਪਹਿਲੀ ਸ਼ੁਰੂਆਤ ਪੰਜਾਬ ਦੇ ਵਿੱਚ ਬਾਬੇ ਕੋਟ ਦੇ ਨਾਲ ਮੁੰਡਿਆਂ ਨੇ ਕਰੀ ਆ ਖਸ ਖਸ ਦੀ ਖੇਤੀ ਸ਼ੁਰੂਆਤ, ਜਿਹੜੀ ਤੁਹਾਨੂੰ ਕਿਹਾ ਸੀਗਾ 12 ਹੈਕਟਰ ਜਿਹੜਾ ਕਰਨਾ ਬਾਬੇ ਨਵਾਉਣ, ਤੁਹਾਨੂੰ ਪਤਾ ਜਿਹੜਾ ਨਵਾਤਾ ਜਿਹੜਾ ਵਾਅਦਾ ਕਰਿਆ ਸੀ, ਅੱਜ ਤੱਕ ਜਿਹੜੀ ਗੱਲ ਕਹੀ ਹੈ ਤੇ ਕਰਕੇ ਦਿਖਾਈ ਹੈ। ਐਵੇਂ ਕਿਤੇ ਪਾਣੀ 'ਚ ਡਾਂਗਾ ਨਹੀਂ ਮਾਰੀਆਂ ਬਾਬੇ, ਉਹ ਖਸ ਖਸ ਬੀਜ ਦਿੱਤੀ ਗਈ ਆ, ਪੰਜਾਬ ਦੇ ਵਿੱਚ ਭੁੱਕੀ ਬੀਮ ਦੀ ਖੇਤੀ ਹੋਣੀ ਸ਼ੁਰੂ ਹੋ ਗਈ ਹੈ ਤੇ ਭਾਈ ਨਹੀਂ ਕਰਿਆ, ਤੁਹਾਨੂੰ ਪੂਰੀ ਗੱਲ ਵੀਡੀਓ ਵਿੱਚ ਦਿਖਾਵਾਂਗੇ ਤੇ ਸਾਡੇ ਜਥੇਬੰਦੀਆਂ ਪੂਰੇ ਜਥੇਬੰਦੀ ਪੂਰੀ ਐਂਡ ਐਕਟਿਵਾ ਖੜੀ ਆ ਸਾਰੀ ਜਥੇਬੰਦੀ। ਵੀਡੀਓ ਵਿੱਚ ਤੁਸੀਂ ਸੁਣ ਹੀ ਲਿਆ ਕਿ ਇਹ ਨੌਜਵਾਨ ਆਪਣੇ ਆਪ ਨੂੰ ਬਰਨਾਲਾ ਦੇ ਪਿੰਡ ਕੋਟ ਦੁਨਾ ਦਾ ਦੱਸ ਰਿਹਾ। ਉਧਰ ਇਸ ਮਾਮਲੇ ਬਾਰੇ ਜਦੋਂ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ SSP ਨੂੰ ਕਾਰਵਾਈ ਲਈ ਨਿਰਦੇਸ਼ ਜਾਰੀ ਕਰ ਦਿੱਤੇ ਨੇ। ਦੇਖੋ, ਇਸ ਸੰਬੰਧੀ ਮੈਨੂੰ ਕੋਈ ਖਬਰ ਨਹੀਂ ਆਈ ਤੇ ਅੱਜ ਕੱਲ ਕਈ ਲੋਕੀ ਆਪਣੀਆਂ ਫਾਲਸ ਵੀਡੀਓ, ਜਿਵੇਂ ਕਿ ਗਲਤ ਕਿਸਮ ਦੀਆਂ ਵੀਡੀਓ ਬਣਾ ਰਹੇ ਹਨ, ਜਿਸ ਨਾਲ ਲੋਕਾਂ ਨੂੰ ਇੱਕ ਭੜਕਾਉਂਦੇ ਹਨ ਅਤੇ ਸੋਸਾਇਟੀ ਵਿੱਚ ਗਲਤ ਮੈਸੇਜ ਆਉਂਦਾ ਹੈ। ਫਿਰ ਵੀ ਇਸ ਦੀ ਅਸੀਂ ਇਨਕੁਆਇਰੀ ਕਰਾਂਗੇ ਅਤੇ ਜੇ ਇਸ ਵਿੱਚ ਕੋਈ ਵੀ ਸੱਚਾਈ ਪਾਈ ਗਈ ਤਾਂ ਉਸ 'ਤੇ ਪੂਰੀ ਸਖਤੀ ਨਾਲ ਅਸੀਂ ਕਾਰਵਾਈ ਕਰਾਂਗੇ। ਪਰ ਇਹ ਵੀ ਜੇ ਪਾਇਆ ਗਿਆ ਕਿ ਇਹ ਜਿਹੜੀ ਵੀਡੀਓ ਹੈ ਜੇ ਗਲਤ ਬਣਾਈ ਗਈ ਹੈ, ਇਹਨਾਂ ਖਿਲਾਫ਼ ਵੀ ਅਸੀਂ ਕਾਰਵਾਈ ਕਰਾਂਗੇ। ਉੱਧਰ ਪੁਲਿਸ ਇਸ ਮਾਮਲੇ ਦੀ ਮੁੱਢਲੀ ਜਾਂਚ ਨੂੰ ਕਿਸੇ ਟੈਲੀਫਿਲਮ ਜਾਂ ਕਾਮੇਡੀ ਨਾਲ ਜੋੜ ਕੇ ਦੇਖ ਰਹੀ ਹੈ। SHO ਰੂੜੇਕੇ ਨੂੰ ਇਹਦੇ ਸੰਬੰਧ 'ਚ ਨੋਟ ਵੀ ਕਰਵਾਇਆ ਗਿਆ ਔਰ ਉਹਨਾਂ ਨੇ ਜਾ ਕੇ ਮੌਕਾ ਵੀ ਦੇਖਿਆ। ਜੋ ਮੁੱਢਲੀ ਪੜਤਾਲ ਤੋਂ ਵੀਡੀਓ ਜਿਹੜੀ ਹੈ ਉਹ ਚੀਨੇਵਾਲ ਪਿੰਡ ਦੀ ਪਾਈ ਗਈ ਹੈ ਔਰ ਜਿਹੜਾ ਵਿਅਕਤੀ ਇਹ ਵੀਡੀਓ ਵਾਇਰਲ ਕਰ ਰਿਹਾ ਉਹਦੇ 'ਤੇ ਕਾਨੂੰਨ ਅਨੁਸਾਰ ਅਸੀਂ ਕਾਰਵਾਈ ਵੀ ਕਰ ਰਹੇ ਹਾਂ ਤਾਂ ਕਿ ਸਮਾਜ ਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਗਲਤ ਪ੍ਰਚਾਰ ਨਾ ਹੋ ਸਕੇ। ਔਰ ਮੁੱਢਲੀ ਪੜਤਾਲ ਤੋਂ ਇਹ ਜਿਹੜੀ ਵੀਡੀਓ ਇੱਕ ਟੈਲੀਫਿਲਮ ਕਾਮੇਡੀ ਦੀ ਤਰ੍ਹਾਂ ਜਾਪ ਰਹੀ ਹੈ, ਪਰ ਫਿਰ ਵੀ ਜਿਹੜੀ ਮੌਕੇ 'ਤੇ ਪਹੁੰਚ ਕੇ SHO ਵੱਲੋਂ ਤਸਦੀਕ ਕੀਤੀ ਗਈ ਹੈ ਔਰ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਕੋਈ ਖਸਖਸ ਦੀ ਖੇਤੀ ਜਾਂ ਕੁਛ ਇੱਦਾਂ ਹੋ ਰਿਹਾ ਹੋਵੇ। ਪਰ ਇਹ ਜਿਹੜਾ ਵਿਅਕਤੀ ਹੈ ਜਿਹੜਾ ਕਿ ਕੋਟ ਦੁਨੇ ਦਾ ਰਹਿਣ ਵਾਲਾ, ਉਹਦੇ ਖਿਲਾਫ਼ ਅਸੀਂ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ। ਸਰ, ਲੱਗਦਾ ਕਿ ਜਿਵੇਂ ਇਹ ਚੈਨਲ ਕਰਨਾ ਇਹ ਚੀਨ ਵਧਾਵਾ ਦੇਣਾ ਕਿ ਖਸਖਸ ਦੀ ਖੇਤੀ ਕਰੋ, ਇਸੇ ਕਰਕੇ ਮੈਂ ਤੁਹਾਨੂੰ ਕਿਹਾ ਹੈਗਾ ਕਿ ਕਾਨੂੰਨੀ ਰਾਏ ਲੈ ਕੇ ਇਸ ਵਿਅਕਤੀ ਦੇ ਖਿਲਾਫ਼ ਜੋ ਵੀ ਕਾਰਵਾਈ ਬਣੇਗੀ ਉਹ ਸਾਡੇ ਵੱਲੋਂ ਜ਼ਰੂਰ ਕੀਤੀ ਜਾਏਗੀ, ਕਿਉਂਕਿ ਪਹਿਲਾਂ ਵੀ ਇਸ ਵਿਅਕਤੀ ਨੇ ਇਸ ਤਰ੍ਹਾਂ ਦੀਆਂ ਕੌਮੇਡੀ ਵੀਡੀਓਜ਼ ਵਾਇਰਲ ਕਰਕੇ ਅਤੇ ਸਮਾਜ ਦੇ ਵਿੱਚ ਗਲਤ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਤੁਹਾਨੂੰ ਦੱਸ ਦਈਏ ਕਿ ਪੰਜਾਬ 'ਚ ਰਵਾਇਤੀ ਨਸ਼ੇ ਦੀ ਖੇਤੀ ਦੀ ਮੰਗ ਸਭ ਤੋਂ ਪਹਿਲਾਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਵੱਲੋਂ ਕੀਤੀ ਗਈ ਸੀ, ਜਿਸ ਤੋਂ ਬਾਅਦ ਸੁਖਪਾਲ ਖਹਿਰਾ ਵੱਲੋਂ ਡਾਕਟਰ ਧਰਮਵੀਰ ਗਾਂਧੀ ਦੀ ਮੰਗ ਦਾ ਸਮਰਥਨ ਕੀਤਾ ਗਿਆ। ਨਾਲੇ ਤਾਂ ਉਹਨੇ ਵੀ ਦੱਸ ਦਈਏ ਕਿ ਪੰਜਾਬ 'ਚ ਅਫੀਮ ਦੀ ਖੇਤੀ ਬੈਨ ਹੈ ਤੇ ਪੁਲਿਸ ਇਸ ਮਾਮਲੇ ਨੂੰ ਕਾਮੇਡੀ ਜਾਂ ਟੈਲੀਫਿਲਮ ਨਾਲ ਜੋੜ ਕੇ ਦੇਖ ਰਹੀ ਹੈ। ਖੈਰ, ਇਸ ਮਾਮਲੇ ਪਿੱਛੇ ਅਸਲੀਅਤ ਕੀ ਹੈ ਇਹ ਤਾਂ ਹੁਣ ਜਾਂਚ ਦਾ ਵਿਸ਼ਾ ਬਣਿਆ ਹੋਇਆ। ਬਰਨਾਲਾ ਤੋਂ ਪ੍ਰਵੀਨ ਰਿਸ਼ੀ ਦੀ ਰਿਪੋਰਟ, ਚੈਨਲ ਪੰਜਾਬ। ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬ ਤੇ ਪ੍ਰੈਸ ਕਰੋ ਬੈਲ ਆਈਕਨ।